ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਗਰੀਕਲਚਰਰੀ ਸਬਸਿਡੀ ਆ ਚੁੱਕੀ ਹੈ ਕਿਸਾਨਾਂ ਦੇ ਲਈ ਜਿਹੜੀ ਵੱਡੀ ਖੁਸ਼ਖਬਰੀ ਹੈ ਕਿਸਾਨਾਂ ਲਈ ਖੇਤੀਬਾੜੀ ਸੰਦਾਂ ਤੇ ਸਬਸਿਡੀ ਹੈ ਫਾਰਮ ਕਿਵੇਂ ਭਰਨਾ ਤੁਹਾਨੂੰ ਸਾਰੀ ਜਾਣਕਾਰੀ ਮਹੀਆ ਕਰਵਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹਦੇ ਵਿੱਚ 7 April ਤੋਂ ਲੈ ਕੇ ਤੁਸੀਂ 25 April ਤੱਕ ਅਪਲਾਈ ਕਰ ਸਕਦੇ ਹੋ 2022-23 ਦੇ ਲਈ ਜਿਹੜੀ ਕ੍ਰਿਸ਼ੀ ਜੰਤਰ ਨੇ ਉਹਨਾਂ ਤੇ ਜਿਹੜੀ ਸਬਸਿਡੀ ਆ ਚੁੱਕੀ ਹੈ ਹਰਿਆਣਾ ਦੇ ਲਈ ਹੈ ਤੁਸੀਂ ਇਸ ਤੇ ਅਪਲਾਈ ਕਰ ਸਕਦੇ ਹੋ نیچے ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿਹੜੇ ਕਿਹੜੇ ਸੰਦ ਦਿੱਤੇ ਹੋਏ ਨੇ ਜਿਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਹੈਗਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ www.agriharyana.gov.in ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉੱਥੇ ਤੁਸੀਂ ਜਿਹੜਾ ਆਪਣਾ ਇਹਦੇ ਵਿੱਚ ਪंजीकरण ਕਰ ਸਕਦੇ ਹੋ ਤੇ 바ਰ ਕੋਡ ਵੀ ਦਿੱਤਾ ਹੋਇਆ ਇਸ ਨੂੰ ਸਕੈਨ ਕਰਕੇ ਵੀ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਜਿਹੜਾ ਪਹੁੰਚ ਜਾਣਾ ਹੈਗਾ ਤੇ ਉੱਥੇ ਵੀ ਤੁਹਾਨੂੰ ਜਿਹੜਾ ਇਹਦੇ ਵਿੱਚ ਡਿਟੇਲ ਮਿਲ ਜਾਵੇਗੀ ਕਿਹੜੇ-ਕਿਹੜੇ ਜਿਹੜੇ ਸੰਦ ਨੇ ਇਹਦੇ ਵਿੱਚ ਜਿਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸਾਰੀ ਡਿਟੇਲ ਤੁਹਾਨੂੰ ਉੱਥੇ ਵੀ ਮਿਲ ਜਾਣੀ ਹੈ ਤੇ ਇਹ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਇਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਪੜ ਸਕਦੇ ਹੋ ਵੀਡੀਓ ਰੋਕ ਕੇ ਵੀ ਜਿਹੜੇ ਇਹਦੇ ਵਿੱਚ ਸੰਦ ਦਿੱਤੇ ਹੋਏ ਨੇ ਉਹ ਤੁਸੀਂ ਪੜ ਸਕਦੇ ਹੋ ਦੁਬਾਰਾ ਫੇਰ ਦੱਸ ਰਹੇ ਹਾਂ ਤੁਹਾਨੂੰ 7 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤੱਕ ਜਿਹੜਾ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਈ ਸੀ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ